ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਸੈਕਟਰ 38 ਦੇ ਸਾਹਮਣੇ ਗਲਾਡਾ ਗਰਾਊਂਡ 'ਚ ਫੋਕਲ ਪੁਆਇੰਟ ਦੁਸ਼ਹਿਰਾ ਕਮੇਟੀ ਵੱਲੋਂ ਪ੍ਰਧਾਨ ਸੁਸ਼ੀਲ ਕੁਮਾਰ ਬੇਦੀ ਦੀ ਅਗਵਾਈ 'ਚ ਲਗਾਏ ਜਾਣ ਵਾਲੇ ਮੇਲੇ ਸੰਬੰਧੀ ਭੂਮੀ ਪੂਜਨ ਕੀਤਾ ਗਿਆ, ਜਿਸ ਵਿੱਚ ਵਿਧਾਇਕ ਸੰਜੇ ਤਲਵਾਰ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਪੂਜਾ ਅਰਚਨਾ ਤੋਂ ਬਾਅਦ ਝੰਡੇ ਦੀ ਰਸਮ ਅਦਾ ਕਰਨ ਉਪਰੰਤ ਪ੍ਰਧਾਨ ਬੇਦੀ ਅਤੇ ਕਮੇਟੀ ਮੈਂਬਰ ਅਮਰਜੀਤ ਨੇ ਕਿਹਾ ਕਿ ਇਹ ਮੇਲਾ ਬਦੀ ਅਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਪਿਛਲੇ 35 ਸਾਲਾਂ ਤੋਂ ਮਨਾਇਆ ਜਾ ਰਿਹਾ ਹੈ। ਫੋਕਲ ਪੁਆਇੰਟ ਦੁਸਹਿਰਾ ਕਮੇਟੀ ਵੱਲੋਂ ਅੱਜ ਭੂਮੀ ਪੂਜਨ ਕੀਤਾ ਗਿਆ ਹੈ। ਇਸ ਤੋਂ ਬਾਅਦ ਅੱਜ ਤੋਂ ਦੁਸਹਿਰਾ ਸ਼ੁਰੂ ਕਰ ਦਿੱਤਾ ਗਿਆ ਔਰ ਸਾਰੇ ਇਲਾਕਿਆਂ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਮੇਰੇ ਵੱਲੋਂ। ਇਹ ਦੁਸਹਿਰਾ ਸਾਡਾ 35-40 ਸਾਲ ਤੋਂ ਲੱਗ ਰਿਹਾ, ਇਸ ਗਰਾਊਂਡ 'ਚ 15 ਸਾਲ ਤੋਂ ਲੱਗ ਰਿਹਾ। ਇਹ ਦੁਸਹਿਰੇ ਦੀ ਵਧੀਆ ਝੂਲੇ ਝੱਲੇ ਆ, ਵਧੀਆ ਪ੍ਰੋਗਰਾਮ ਆ, ਇੱਥੇ ਬੜਾ ਸਕਿਉਰਿਟੀ ਦਾ ਬੜਾ ਪ੍ਰਬੰਧ ਆ, ਸਾਰਾ ਕੁਝ ਸਹੀ ਸਲਾਮਤ। ਟਿੰਬਲ ਟ੍ਰੇਨ ਆ ਇੱਥੇ, ਆਪਣਾ ਝੂਲਾ ਹੈਗਾ, ਮੌਤ ਦਾ ਖੂਹ ਹੈਗਾ, ਰੰਗਾਰੰਗ ਪ੍ਰੋਗਰਾਮ ਹੈਗਾ ਨਾਲ। ਲੁਧਿਆਣਾ ਤੋਂ ਰਕੇਸ਼ ਗਰਗ ਦੀ ਰਿਪੋਰਟ, ਚੈਨਲ 2।